ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਕਰਨੀ ਹੈ ਜੀ, ਅੱਜ ਦੀਵਾਨ ਸੀ ਪੱਖੋ ਕਲਾਂ ਵਿੱਚ, ਪਰ ਬਰਸਾਤ ਹੋਣ ਕਾਰਨ ਘੰਟਾ ਕੁ ਤਾਂ ਲੱਗਿਆ, 3 ਵਜੇ ਤੱਕ ਸਮਾਪਤੀ ਕਰਨੀ ਪਈ। ਅਤੇ ਪਰਸੋਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸਮਾਗਮ ਹੋ ਰਿਹਾ, ਅਤੇ ਜਿਹੜਾ ਮੰਥਲੀ ਹਰ ਸੈਚਰਡੇ ਦਾ ਫਸਟ ਸੈਚਰਡੇ ਦਾ ਪ੍ਰੋਗਰਾਮ ਹੁੰਦਾ, ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ 4 ਵਜੇ ਤੱਕ ਸਮਾਪਤੀ ਹੋ ਜਾਂਦੀ ਹੈ, 1:30 ਵਜੇ ਆਪਾਂ ਸ਼ੁਰੂ ਕਰੀਏ, ਅਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸਵੇਰੇ 11 ਵਜੇ ਪਹੁੰਚ ਜਾਇਓ। ਜਿੰਨੇ ਵੀਰ ਭਰਾ ਜਿੰਨੇ ਪਿਆਰ ਕਰਨ ਵਾਲੇ ਆ, ਸਭ ਨੂੰ ਬੇਨਤੀ ਹੈ ਵੀ ਉਤਸ਼ਾਹ ਨਾਲ, ਚੜ੍ਹਦੀ ਕਲਾ ਨਾਲ ਆਓ, ਰਲ ਮਿਲ ਕੇ ਵਿਚਾਰਾਂ ਕਰੀਏ। ਕਿਉਂਕਿ ਸਾਡੇ ਆਮ ਕਰਕੇ ਬੰਦਾ ਜਜ਼ਬਾਤੀ ਵੀ ਹੋਣਾ ਚਾਹੀਦਾ ਅਤੇ ਇੰਟੈਲੀਜੈਂਟ ਵੀ ਹੋਣਾ ਚਾਹੀਦਾ। ਜਜ਼ਬਾਤ ਸਾਡੀ ਜ਼ਿੰਦਗੀ ਦੀ ਰੇਸ ਹੈ ਅਤੇ ਵਿਵੇਕ ਜਿਹੜਾ ਆ ਉਹ ਸਾਡਾ ਸਟੀਅਰਿੰਗ ਹੋਣਾ ਚਾਹੀਦਾ। ਅਤੇ ਜ਼ਿਆਦਾਤਰ ਜਿਹੜੀ ਸਾਡੀ ਐਕਸਰਸਾਈਜ਼ ਹੋ ਰਹੀ ਹੈ ਨਾ ਪ੍ਰੋਗਰਾਮਾਂ ਵਿੱਚ, ਸਤਸੰਗ ਦੇ ਵਿੱਚ ਗਾਉਣ ਵਾਲੇ, ਉਹ ਜਜ਼ਬਾਤਾਂ ਦੀ ਐਕਸਰਸਾਈਜ਼ ਕਰਾ ਕਰਾ ਕੇ ਉਹਨਾਂ ਨੂੰ ਵੱਡੇ ਕਰ ਰਹੇ ਆ। ਪਰ ਐਕਸਰਸਾਈਜ਼ ਹੋਣੀ ਚਾਹੀਦੀ ਹੈ ਬੁੱਧੀ ਦੀ। ਜਦੋਂ ਇਹਨੂੰ ਰਿੜਕਣਾ ਸ਼ੁਰੂ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਬੜੇ ਸਵਾਲ ਖੜ੍ਹੇ ਹੁੰਦੇ ਆ, ਉੱਥੇ ਫਿਰ ਜਿਵੇਂ ਬੋਡੀ ਦੀ ਐਕਸਰਸਾਈਜ਼ ਕਰਕੇ ਡੌਲੇ ਪੈਦਾ ਹੁੰਦੇ ਆ, ਅਤੇ ਵਿਚਾਰਾਂ ਦੀ ਐਕਸਰਸਾਈਜ਼ ਕਰ ਕਰਕੇ, ਬ੍ਰੇਨ ਦੀ, ਬੁੱਧੀ ਦੀ ਐਕਸਰਸਾਈਜ਼ ਜਦੋਂ ਕਰਦੇ ਹਾਂ, ਉਹਦੇ ਨਾਲ ਫਿਰ ਸਾਡੇ ਅੰਦਰ ਵਿਵੇਕ ਪੈਦਾ ਹੁੰਦਾ। ਜਦੋਂ ਅਸੀਂ ਵਿਵੇਕੀ ਹੋ ਜਾਂਦੇ ਹਾਂ ਤਾਂ ਸਾਡੀ ਲਾਈਫ ਦੇ ਡਿਸੀਜਨ ਵਧੀਆ ਹੋ ਜਾਂਦੇ ਆ। ਆਓ ਗੁਰਬਾਣੀ ਨੂੰ ਸਮਝ ਕੇ, ਆਲੇ ਦੁਆਲੇ ਨੂੰ ਵੇਖ ਕੇ ਆਈਏ, ਵਿਚਾਰ ਕਰੀਏ ਅਤੇ ਇਹਦੀ ਐਕਸਰਸਾਈਜ਼ ਕਰੀਏ, ਅਤੇ ਇੱਥੇ ਵਿਵੇਕ ਪੈਦਾ ਹੋਵੇ, ਸੋਹਣੀ ਜ਼ਿੰਦਗੀ ਦੇ ਸੋਹਣੇ ਡਿਸੀਜਨ ਲੈ ਕੇ ਜ਼ਿੰਦਗੀ ਨੂੰ ਮਾਣੀਏ, ਆਪ ਵੀ ਸੋਹਣੇ ਹੋਈਏ, ਸੋਹਣਾ ਜੀਵਨ ਬਤੀਤ ਕਰੀਏ ਅਤੇ ਆਲਾ ਦੁਆਲਾ ਵੀ ਸੋਹਣਾ ਕਰੀਏ। ਆਓ ਪਰਸੋਂ 2 ਤਰੀਕ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਤਕਰੀਬਨ ਦਿਨ ਦਾ ਦੀਵਾਨ 1 ਤੋਂ ਸ਼ਾਮ 4 ਵਜੇ ਤੱਕ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।